ਤੇ ਮੇਰੀ ਮੀਟਿੰਗ ਹੁੰਦੇ ਸ਼ੈਰੀ ਭਾਈ ਨਾਲ ਸ਼ੈਰੀ ਭਾਈ ਕਹਿੰਦੇ ਵੀ ਆਪਾਂ ਗਾਣਾ ਕਰਨਾ ਮੈਂ ਕਿਹਾ ਠੀਕ ਆ ਭਾਜੀ ਆਪਾਂ ਮਿਲੇ ਉਹਨਾਂ ਨੂੰ ਪਹਿਲਾ ਗਾਣਾ ਸੁਣਾਇਆ ਮੈਂ ਕਿਹਾ ਭਾਜੀ ਇਹ ਤਾਂ ਫਲਾਣੇ ਆਰਟਿਸਟ ਵਰਗਾ ਗਾਣਾ ਹੈ ਕਹਿੰਦੇ ਅੱਛਾ ਦੂਜਾ ਗਾਣਾ ਸੁਣਾਇਆ ਮੈਂ ਕਿਹਾ ਇਹ ਉਹਦੇ ਵਰਗਾ ਹੈ ਉਹ ਵਾਲੇ ਆਰਟਿਸਟ ਵਰਗਾ ਕਹਿੰਦੇ ਅੱਛਾ ਫਿਰ ਤੀਜਾ ਸੁਣਾਇਆ ਉਹਨਾਂ ਨੇ ਮੈਂ ਕਿਹਾ ਇਹ ਵੀ ਉਹਦੇ ਵਰਗਾ ਸ਼ੈਰੀਮਨ ਕਿਤੇ ਆ ਸ਼ੈਰੀ ਭਾਈ ਕਹਿੰਦੇ ਸ਼ੈਰੀਮਨ ਚੱਲਦਾ ਨਹੀਂ ਹੁਣ ਅੱਜਕੱਲ੍ਹ ਸ਼ੈਰੀ ਬਾਈ ਦੇ ਵਰਡਸ ਇੱਕ ਅਲੋਦੀ ਗੱਲ ਐ ਇਹ ਵੀ ਮੈਂ ਤੁਹਾਨੂੰ ਦੱਸਦਾ ਗੱਲ ਅਲੋਦੀ ਗੱਲ ਐ ਕਹਿੰਦੇ ਸ਼ੈਰੀਵਾਂ ਚੱਲਦਾ ਨਹੀਂ ਅੱਜਕੱਲੇ ਵੀਰੇ ਤਾਂ ਮੈਂ ਕਹਾਂ ਪਾਜੀ ਯਾਰ ਕਹੇ ਜੀ ਗੱਲਾਂ ਕਰਦੇ ਤੁਸੀਂ ਵੀ ਤੁਹਾਡੇ ਗਾਣੇ ਸੁਪਰ ਡੂਪਰ ਹਿੱਟ ਗਾਣੇ ਉਹ ਗਾਣੇ ਸੁਣ ਸੁਣ ਕੇ ਅਸੀਂ ਲਿਰਿਕਲੀ ਇਨਸਪਾਇਰ ਹੋਏ ਆ ਵੀ ਆਈਜੀ ਗੱਲਾਂ ਲਿਖਣੇ ਚਾਹੀਦੀ ਐ ਸਾਨੂੰ ਗੁਲਾਬ ਅਜ ਤਾਈਂ ਮਿਲਿਆ ਨਾ ਕਦੇ ਐਂਡ ਆਲ ਦੈਟ ਤੇ ਕਹਿੰਦੇ ਫਿਰ ਤੂੰ ਦੱਸ ਕੇ ਗਾਣਾ ਕਰਨਾ ਮੈਂ ਕਹਿੰਦਾ ਮੇਰੇ ਕੋਲ ਇੱਕ ਵਰਡ ਐ ਹੈਸ਼ਟੈਗ ਇਹ ਤੇ ਗਾਣਾ ਬਣਾ ਦੋ ਕਹਿੰਦੇ ਕੀ ਬਣੂਗੀ ਗੱਲ ਮੈਂ ਕਿਹਾ ਹੈਸ਼ਟੈਗ ਵਾਂਗੂ ਵਰਤ ਗਈ ਫਿਰ ਗਾਣਾ ਉਹਨਾਂ ਨੇ ਲਿਖਿਆ ਉੱਥੇ ਹੀ ਨਾਲ ਦੇ ਨਾਲ 15 ਮਿੰਟ ਚ ਉਹਨਾਂ ਨੇ ਗਾਣਾ ਲਿਖਿਆ ਵੀ ਤੇਰੇ ਲਈ ਭਾਵੇਂ ਹੋਊਗਾ ਪਰ ਪਿਆਰ ਸਾਡੇ ਲਈ ਕੋਈ ਗੈਗ ਨਹੀਂ ਨੀ ਸੁਣ ਹੈਸ਼ਟੈਗਾਂ ਵਾਲੀਏ ਸਾਡੇ ਦਿਲ ਤੇ ਪ੍ਰਾਈਸਲੈਸ ਟੈਗ ਨਹੀਂ ਬਾਗਾ ਭਾਜੀ ਗੱਲ ਵਧੀਆ ਚਲਈਏ ਫਿਰ ਸਟੂਡੀਓ ਰਿਕਾਰਡ ਕਰੀਏ ਮੈਂ ਕਰਉ ਆਪਣਾ ਨਾਲ ਨਾਲ ਸਟੂਡੀਓ ਗਏ 10 ਦਿਨ ਦੀ ਵੀਡੀਓ ਸ਼ੂਟ ਕੀਤਾ 15 ਦਿਨਾਂ ਚ ਅਗਲੇ ਜੇ ਗਾਣੇ ਰੀਲੀਜ਼ ਕਰਤਾ ਖਾਣਾ ਲੋਕਾਂ ਨੇ ਪਸੰਦ ਕਰਿਆ ਫਿਰ ਭਾਜੀ ਮੇਰੇ ਸਾਹਮਣੇ ਭਾਜੀ ਲਾਈਵ ਆਏ ਤੋ ਸਾਰੇ ਨੂੰ ਕਹਿੰਦੇ ਮੈਨੂੰ ਨਹੀਂ ਪਤਾ ਤੁਹਾਨੂੰ ਆ ਚੀਜ਼ ਚਾਹੀਦੀ ਹੈ ਮੇਰੇ ਤੋਂ ਫੇਰ ਤਿੰਨ ਪੈਗ ਆ ਨੈਕਸਟ ਗਾਣਾ ਤਿੰਨ ਪੈਗ ਦੇਖ ਲਓ ਸਿੱਧਾ ਗਰਾਫ ਕਿੱਥੇ ਗਿਆ ਤੇ ਇਹ ਅਪਸ ਡਾਉਨਸ ਜਿਹੜੇ ਨੇ ਇਹ ਤਾਂ ਲੱਗੇ ਰਹਿੰਦੇ ਆ ਇਹ ਤਾਂ ਮੈਨੂੰ ਲੱਗਦਾ ਹਰ ਕਿਸੇ ਦੀ ਲਾਈਫ ਸੀ ਚੱਲਦਾ ਰਹਿੰਦਾ ਉਹਾਂ ਦੇ ਕਿਸੇ ਵੀ ਤਰੀਕੇ ਦੀ ਬਿਜ਼ਨਸ ਹੋਵੇ ਕੋਈ ਵੀ ਕੰਮ ਹੋਵੇ ਜਿੱਦਾਂ ਸ਼ੈਰੀ ਨੂੰ ਆਪਣੇ ਆਪ ਤੇ ਹੀ ਡਾਊਟ ਹੋ ਗਿਆ ਇੱਕ ਟਾਈਮ ਤੇ ਕਿ ਮੇਰੇ ਮੇਰੇ ਗਾਣੇ ਕੀ ਸ਼ੈਰੀ ਮਨ ਨੂੰ ਕੋਈ ਨਹੀਂ ਅੱਜਕੱਲ ਸੁਣਦਾ ਕੀ ਤੁਹਾਡੇ ਲਾਈਫ ਚ ਕਦੀ ਲੱਗਦਾ ਮੈਨੂੰ ਲੱਗਦਾ ਵੀ ਮੈਂ ਪਾਈ ਨੂੰ ਸੌਰੀ ਕਹਿਣਾ ਚਾਹੁੰਦਾ ਜੋ ਸ਼ੈਰੀ ਭਾਈ ਨਹੀਂ ਸ਼ੈਰੀ ਦਿਸ ਇਜ਼ ਅ ਵੈਰੀ ਪਰਸਨਲ ਥਿੰਗ ਜਿਹੜੀ ਸੀਗੀ ਉਸ ਟਾਈਮ ਦੀ ਪਰ ਮੈਨੂੰ ਲੱਗਿਆ ਵੀ ਯਾਰ ਉਹ ਸ਼ੈਰੀ ਭਾਈ ਹੈ ਯਾਰ ਉਹ ਮਤਲਬ ਆਪਾਂ ਫੈਨ ਹੈ ਬੰਦੇ ਯਾਰ ਮੈਨੂੰ ਮੇਰਾ ਦਿਲ ਟੁੱਟਿਆ ਵੀ ਭਾਈ ਕਈ ਵਾਰ ਇਹ ਗੱਲ ਕਈ ਵਾਰ ਹਰ ਕਿਸੇ ਨੂੰ ਕਈ ਵਾਰ ਜਿਹੜਾ ਸੈਲਫ ਡਾਊਟ ਹੋ ਜਾਂਦਾ ਹੈ ਹੈਨਾ ਬਟ ਕਦੀ ਜੀਐਸਐਲ ਦੀ ਲਾਈਫ ਦੇ ਵਿੱਚ ਇਦਾਂ ਦਾ ਟਾਈਮ ਆਇਆ ਸੈਲਫ ਡਾਊਟ ਹਰ ਇੱਕ ਕ੍ਰੀਏਟਿਵ ਬੰਦੇ ਨੂੰ ਸੈਲਫ ਡਾਊਟ ਆਉਂਦਾ ਹੈ ਹਰੇਕ ਐ ਜੇ ਬੰਦੇ ਨੂੰ ਜਿਹਦੇ 10 ਬੰਦੇ ਨਾਲ ਜਿਹੜੇ ਨੇ ਉਹ ਉਹਨੂੰ ਕਹੀ ਜਾਣ ਵੀ ਤੂੰ ਕਮਾਲ ਹੈ ਤੂੰ ਕਮਾਲ ਹੈ ਤੂੰ ਘੈਂਟ ਤੂੰ ਘੈਂਟ ਗਾਣੇ ਬਣਾਉਂਦਾ ਪਰ ਉਹਦੇ ਗਾਣੇ ਨਹੀਂ ਚੱਲ ਰਹੇ ਉਹ ਕਰੇਗੀ ਉਹ ਸ਼ੈਲ ਦੇ ਵਿੱਚ ਬੈਠਾ ਹੋਇਆ ਹੈ ਨਾ ਉਹ ਉਹਨੂੰ ਸੋਚੋ ਤੁਸੀਂ ਵੀ ਇਹ ਜਿਹੜੇ 10 20 ਬੰਦੇ ਜਿਹੜੇ ਉਹਦੇ ਨਾਲ ਦੇ ਨੇ ਉਹ ਸਾਰੇ ਹੀ ਕਹਿੰਦੇ ਆ ਵੀ ਇਹ ਬੰਦਾ ਘੈਂਟ ਆ ਵੀ ਤੂੰ ਗਾਣੇ ਬਹੁਤ ਸੋੜੇ ਬਣਾਉਂਦਾ ਹੈ ਤੂੰ ਬਹੁਤ ਜ਼ਬਰਦਸਤ ਹੈ ਪਰ ਉਹਦੇ ਗਾਣੇ ਨਹੀਂ ਚੱਲ ਰਹੇ ਉਹ ਕੀ ਕਰੇਗਾ ਸੈਲਫ ਡਾਊਟ ਦਾ ਹਰ ਇੱਕ ਕ੍ਰੀਏਟਿਵ ਬੰਦੇ ਦੇ ਆਉਂਦਾ ਹੀ ਆਉਂਦਾ ਹੈ ਤੇ ਸੈਲਫ ਡਾਊਟ ਨਾ ਹੋਵੇ ਤਾਂ ਮੈਨੂੰ ਲੱਗਦਾ ਵੀ ਉਹ ਪਹੁੰਚ ਵੀ ਨਹੀਂ ਸਕਦਾ ਜਿੱਥੇ ਉਹ ਪਹੁੰਚਣਾ ਚਾਹੁੰਦਾ ਤੇ ਬ੍ਰੇਕਡਾਊਨ ਕਿੰਨੀ ਵਾਰ ਹੋਇਆ ਜੇ ਜੀਐਸਐਲ ਨੂੰ ਆਪਣੇ ਕੈਰੀਅਰ ਨੂੰ ਲੈ ਕੇ ਬ੍ਰੇਕਡਾਊਨ ਐਜ਼ ਇਨ ਐਜ਼ ਇਨ ਮਤਲਬ ਕੀ ਆ ਰਚ ਹੈ ਨਹੀਂ ਚੱਲ ਰਹੀ ਚੀਜ਼ ਯਾਰ ਉਹ ਨਹੀਂ ਹੈ ਬਹੁਤ ਜ਼ਿਆਦਾ ਦਿਮਾਗ ਤੇ ਪ੍ਰੈਸ਼ਰ ਪੈਣਾ ਚਾਹੀਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ